ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਅਮਨਜੀਤ ਕੌਰ, ਸਵਾਗਤ ਕਰ ਰਹੀ ਹਾਂ ਤੁਹਾਡਾ ਸਾਰਿਆਂ ਦਾ ਪੰਜਾਬੀ ਕੁਕਿੰਗ ਚੈਨਲ ਦੇ ਵਿੱਚ। ਅੱਜ ਦੀ ਵੀਡੀਓ ਦੇ ਵਿੱਚ ਆਪਾਂ ਬੇਸਣ ਦੀ ਪੰਜੀਰੀ ਬਣਾ ਕੇ ਤਿਆਰ ਕਰਾਂਗੇ। ਬੇਸਣ ਦੀ ਪੰਜੀਰੀ ਜਿਹੜੀ ਆ ਕਾਫੀ ਜ਼ਿਆਦਾ ਤਾਕਤ ਵਾਲੀ ਹੁੰਦੀ ਆ, ਤੇ ਜਿਹੜਾ ਆਪਾਂ ਇਹਦੇ ਵਿੱਚ ਸਮਾਨ ਪਾਉਣਾ ਆ, ਇਹ ਸਮਾਨ ਜਿਹੜਾ ਆ ਸਾਡੇ ਸਰੀਰ ਨੂੰ ਤਾਕਤ ਵੀ ਦਿੰਦਾ ਆ ਤੇ ਗਰਮੈਸ਼ ਵੀ ਦਿੰਦਾ ਆ, ਤੇ ਕਾਫੀ ਜਿੱਦਾਂ ਦਰਦਾਂ ਹੁੰਦੀਆਂ ਆ, ਦਰਦਾਂ ਤੋਂ ਆਪਾਂ ਜਿਹੜੀ ਗੂੰਦ ਪਾਉਂਦੇ ਆ ਉਹ ਦਰਦਾਂ ਤੋਂ ਵੀ ਸਾਨੂੰ ਰਾਹਤ ਮਿਲਦੀ ਆ। ਤੇ ਇਹਨੂੰ ਬਣਾਉਣ ਲਈ ਜਿਹੜੀਆਂ ਚੀਜ਼ਾਂ ਆਪਾਂ ਲਈਆਂ ਆ ਉਹਨਾਂ ਨੂੰ ਆਪਾਂ ਇੱਕ ਦੇਖ ਲੈਂਦੇ ਹਾਂ। ਇਹਦੇ ਵਾਸਤੇ ਦੇਖੋ ਜਿਹੜਾ ਮੈਂ ਸਮਾਨ ਲਿਆ ਆ, ਇਹ ਸਮਾਨ ਜਿਹੜਾ ਆ ਮੈਂ ਇੱਕ ਕੌਲੀ ਦੇ ਨਾਲ ਹੀ ਬਸ ਨਾਪਿਆ ਆ, ਤੇ ਸਮਾਨ ਜਿਹੜਾ ਆ ਆਪਣੀ ਜ਼ਰੂਰਤ ਦੇ ਹਿਸਾਬ ਨਾਲ ਲਿਆ ਆ। ਅੱਧਾ ਕਿਲੋ ਦੇ ਹਿਸਾਬ ਨਾਲ ਮੈਂ ਤੁਹਾਨੂੰ ਇਹਦਾ ਜਿਹੜਾ ਨਾਪ ਦੱਸ ਦੂੰਗੀ, ਤੇ ਤੁਸੀਂ ਆਪਣਾ ਜਿਸ ਤਰੀਕੇ ਦੇ ਨਾਲ ਵੀ ਬਣਾਉਣਾ ਚਾਹੋ ਫਿਰ ਬਣਾ ਸਕਦੇ ਹੋ। ਇੱਕ ਕੌਲੀ ਦੇਖੋ ਜਿਹੜਾ ਮੋਟਾ ਬੇਸਣ ਲਿਆ ਆ ਆਪਾਂ, ਤੇ ਇੱਕ ਚੌਥਾਈ ਕੌਲੀ ਜਿਹੜੀ ਆ ਸੂਜੀ ਲਈ ਆ, ਤੇ ਇੱਕ ਕੌਲੀ ਦੇ ਵਿੱਚ ਹੀ ਆਪਾਂ ਇੱਕ ਕੌਲੀ ਜਿਹੜਾ ਆ ਦੇਸੀ ਘਿਓ ਦਾ ਲਿਆ ਆ। ਜੇ ਤੁਸੀਂ ਅੱਧਾ ਕਿਲੋ ਲੈਂਦੇ ਹੋ ਬੇਸਣ ਤਾਂ ਅੱਧਾ ਕਿਲੋ ਦੇ ਵਿੱਚ ਤੁਸੀਂ 150 ਗ੍ਰਾਮ ਜਿਹੜੀ ਆ ਸੂਜੀ ਪਾ ਲੈਣੀ ਆ, ਤੇ ਅੱਧਾ ਕਿਲੋ ਹੀ ਜਿਹੜਾ ਆ ਦੇਸੀ ਘਿਓ ਲੈਣਾ ਆ। ਇੱਕ ਚਮਚਾ ਸੌਂਫ ਲਈ ਆ, ਅੱਧੇ ਛੋਟੇ ਚਮਚੇ ਤੋਂ ਜ਼ਿਆਦਾ ਅਜਵਾਇਣ ਆ, ਤੇ ਜਿਹੜੀਆਂ ਆ 15 ਕੁ ਜਿਹੜੀਆਂ ਆ ਆਪਾਂ ਕਾਲੀਆਂ ਮਿਰਚਾਂ ਲਈਆਂ। ਦੇਖੋ ਇਹ ਜਿਹੜੀਆਂ ਤਿੰਨੇ ਚੀਜ਼ਾਂ ਆ ਇਹ ਤੁਸੀਂ ਆਪਣੀ ਜ਼ਰੂਰਤ ਦੇ ਹਿਸਾਬ ਨਾਲ ਜਿੱਦਾਂ ਵਧਾ ਸਕਦੇ ਹੋ ਜਾਂ ਘਟਾ ਸਕਦੇ ਹੋ। ਜਿਸ ਹਿਸਾਬ ਨਾਲ ਜਿੱਦਾਂ ਬੱਚੇ ਕਈ ਵਾਰੀ ਹੁੰਦਾ ਕਿ ਖਾਣਾ ਨਹੀਂ ਪਸੰਦ ਕਰਦੇ, ਇਹ ਤੁਸੀਂ ਆਪਣੇ ਹਿਸਾਬ ਨਾਲ ਲੈ ਸਕਦੇ ਹੋ। ਇਹਦੀ ਜਿਹੜੀ ਮਾਤਰਾ ਕੋਈ ਜਿੱਦਾਂ ਜ਼ਰੂਰੀ ਨਹੀਂ ਹੁੰਦੀ ਕਿ ਆਪਾਂ ਕਿੰਨੀ ਲੈਣੀ ਆ। ਗੂੰਦ ਲਈ ਆ ਆਪਾਂ 1 ਚਮਚਾ, ਅੱਧਾ ਕਿਲੋ ਦੇ ਵਿੱਚ 20 ਗ੍ਰਾਮ ਜਿਹੜੀ ਆ ਤੁਸੀਂ ਗੂੰਦ ਪਾਉਣੀ ਆ। ਇਹਦੇ ਵਿੱਚ ਮੈਂ ਕਮਰਕਸ ਨਹੀਂ ਪਾਈ, ਜੇ ਤੁਸੀਂ ਕਮਰਕਸ ਪੰਜੀਰੀ 'ਚ ਪਾਉਂਦੇ ਹੋ ਤਾਂ ਉਹ ਵੀ ਤੁਸੀਂ ਅੱਧਾ ਕਿਲੋ ਦੇ ਵਿੱਚ 20 ਗ੍ਰਾਮ ਪਾਉਣੀ ਆ। 20 ਗ੍ਰਾਮ ਹੀ ਗੂੰਦ, 20 ਗ੍ਰਾਮ ਕਮਰਕਸ, ਇਸ ਤੋਂ ਜ਼ਿਆਦਾ ਜਿਹੜੀ ਹੈ ਇਹਦੀ ਮਾਤਰਾ ਤੁਸੀਂ ਜ਼ਿਆਦਾ ਨਹੀਂ ਲੈਣੀ। ਅਤੇ 1 ਚਮਚਾ ਭਰ ਕੇ ਆਪਾਂ ਮਗਜ਼ ਲਏ ਆ, ਚਾਰੇ ਮਗਜ਼ ਨੇ। ਮਗਜ਼ ਚਾਹੇ ਤੁਸੀਂ ਚਾਰੇ ਲੈ ਲਓ, ਚਾਹੇ ਜੇ 1 ਮਗਜ਼ ਜਿਹੜੇ ਵੀ ਮਿਲਣ ਤੁਹਾਨੂੰ ਉਹ ਲੈ ਸਕਦੇ ਹੋ। ਇਹ ਜਿਹੜੇ ਆ ਤੁਸੀਂ ਅੱਧਾ ਕਿਲੋ ਦੇ ਵਿੱਚ 50 ਗ੍ਰਾਮ ਪਾਉਣੇ ਆ। 1 ਚਮਚਾ ਚਿੱਟੇ ਤੇਲ ਲਏ ਆ, ਚਿੱਟੇ ਤੇਲ ਵੀ ਜਿਹੜੇ ਆ 50 ਗ੍ਰਾਮ ਲੈਣੇ ਆ ਤੁਸੀਂ। 2 ਚਮਚੇ ਮੈਂ ਜਿਹੜਾ ਇੱਦਾਂ ਨਾਰੀਅਲ ਲਿਆ, ਸੁੱਕਾ ਨਾਰੀਅਲ, ਇਹਨੂੰ ਕੱਦੂਕਸ ਕੀਤਾ ਆ। ਤੇ ਤੁਸੀਂ ਜੇ ਅੱਧਾ ਕਿਲੋ ਦੇ ਵਿੱਚ ਪਾਉਣਾ ਆ ਤਾਂ ਤੁਸੀਂ ਜਿਹੜਾ ਆ ਅੱਧਾ ਕੁ ਗੁੱਟ ਜਿਹੜਾ ਆ ਕੱਦੂਕਸ ਕਰਕੇ ਪਾ ਸਕਦੇ ਹੋ। ਸੌਗੀ ਆ, ਬਦਾਮ ਤੇ ਪਿਸ਼ਤੇ ਆ, ਇਹ ਜਿਹੜੇ ਡਰਾਈ ਫਰੂਟਸ ਮੈਂ ਲਏ ਆ। ਬਾਕੀ ਡਰਾਈ ਫਰੂਟਸ ਜਿਹੜੇ ਆ ਤੁਸੀਂ ਆਪਣੀ ਪਸੰਦ ਦੇ ਹਿਸਾਬ ਨਾਲ ਵੀ ਪਾ ਸਕਦੇ ਹੋ। ਇਹਨਾਂ ਦੀ ਮਾਤਰਾ ਜਿਹੜੀ ਆ ਜ਼ਰੂਰੀ ਨਹੀਂ ਹੁੰਦਾ ਕਿ ਆਪਾਂ ਇਹਨਾਂ ਨੂੰ ਕਿੰਨਾ ਸਾਨੂੰ ਪਾਉਣਾ ਚਾਹੀਦਾ ਆ, ਕਿਉਂਕਿ ਇਹਨਾਂ ਦਾ ਜਿਹੜਾ ਕੋਈ ਨੁਕਸਾਨ ਨਹੀਂ ਹੁੰਦਾ, ਇਹ ਸਾਨੂੰ ਤਾਕਤ ਹੀ ਦਿੰਦੇ ਆ। ਤੇ ਹੁਣ ਅਸੀਂ ਕੀ ਕਰਾਂਗੇ, ਜਿਹੜਾ ਸਾਡਾ ਬੇਸਣ ਆ ਇਹਨੂੰ ਅਸੀਂ ਭੁੰਨ ਕੇ ਤਿਆਰ ਕਰਾਂਗੇ, ਤੇ ਨਾਲੇ ਜਿਹੜੀ ਸਾਡੀ ਸੂਜੀ ਆ ਇਹ ਵੀ ਆਪਾਂ ਭੁੰਨ ਲਾਂਗੇ। ਕੜਾਈ 'ਚ ਆਪਾਂ 1 ਚਮਚਾ ਪਹਿਲਾਂ ਘਿਓ ਪਾਉਣਾ ਆ, ਜਿਹੜੀ ਸਾਡੀ ਗੂੰਦ ਆ ਉਹਨੂੰ ਆਪਾਂ ਪਹਿਲਾਂ ਤਲ ਲਾਂਗੇ। ਘਿਓ ਨੂੰ ਪਹਿਲਾਂ ਆਪਾਂ ਗਰਮ ਹੋਣ ਦਾਂਗੇ ਥੋੜ੍ਹੀ ਜਿਹੀ, ਪਹਿਲਾਂ ਆਪਾਂ ਗੂੰਦ ਦੇ ਵਿੱਚ ਪਾ ਕੇ ਦੇਖ ਲੈਣੀ ਆ। ਘਿਓ ਹੋ ਗਿਆ ਗਰਮ, ਗੂੰਦ ਨੂੰ ਚੰਗੀ ਤਰ੍ਹਾਂ ਤਲਣਾ ਆ, ਕੱਚੀ ਨਹੀਂ ਰਹਿਣੀ ਚਾਹੀਦੀ ਅੰਦਰ ਦੀ। ਗੂੰਦ ਜਿਹੜੀ ਆ ਆਪਾਂ ਪਲੇਟ 'ਚ ਕੱਢ ਲੈਣੀ ਆ। ਪਹਿਲਾਂ ਆਪਾਂ ਸੂਜੀ ਪਾਵਾਂਗੇ, ਸੂਜੀ ਨੂੰ ਆਪਾਂ 1 ਮਿੰਟ ਲਈ ਭੁੰਨਣਾ ਆ। ਬਰੀਕ ਸੂਜੀ ਲਈ ਆ ਇਹ ਆਪਾਂ, ਤੇ ਬੇਸਣ ਪਾ ਦਾਂਗੇ। ਬੇਸਣ ਨੂੰ ਹੁਣ ਆਪਾਂ ਚੰਗੀ ਤਰ੍ਹਾਂ ਭੁੰਨਣਾ ਆ। ਜਦੋਂ ਆਪਾਂ ਹੁਣ ਇਹਦਾ ਬੇਸਣ ਤੇ ਸੂਜੀ ਭੁੰਨਣੀ ਆ, ਸੇਕ ਜਿਹੜਾ ਆ ਮੀਡੀਅਮ ਜਿਹਾ ਹੀ ਰੱਖਣਾ ਆ, ਬਹੁਤ ਜ਼ਿਆਦਾ ਤੇਜ਼ ਸੇਕ 'ਤੇ ਨਹੀਂ ਭੁੰਨਣਾ। ਇਹਨੂੰ ਆਰਾਮ ਨਾਲ ਆਪਾਂ ਭੁੰਨਦੇ ਹੁਣ ਭੁੰਨਾਂਗੇ ਹੁਣ, ਤਾਂ ਕਿ ਕੱਚਾਪਣ ਜਿਹੜਾ ਆ ਉਹ ਨਹੀਂ ਵਿੱਚ ਰਹਿਣਾ ਚਾਹੀਦਾ, ਅਤੇ ਲਗਾਤਾਰ ਇਹਨੂੰ ਹਿਲਾਉਂਦੇ ਰਹਿਣਾ ਆ।
ਬੇਸਣ ਦੇਖੋ ਥੋੜ੍ਹਾ ਜਿਹਾ ਅੱਗੇ ਨਾਲੋਂ ਭੁੰਨਿਆ ਆ ਅਤੇ ਖੁਸ਼ਬੂ ਜਿਹੜੀ ਆਉਣੀ ਸ਼ੁਰੂ ਹੋ ਗਈ ਆ। ਇੱਦਾਂ ਆਪਾਂ ਇਹਨੂੰ ਹਿਲਾਉਂਦੇ ਵੀ ਰਹਿਣਾ ਆ ਅਤੇ ਨਾਲ ਨਾਲ ਹੁਣ ਆਪਾਂ ਜਿਹੜੇ ਸਾਡੇ ਬਦਾਮ ਆ ਉਹਨਾਂ ਨੂੰ ਆਪਾਂ ਥੋੜ੍ਹਾ ਜਿਹਾ ਜਿੱਦਾਂ ਦਰਦਰਾ ਜਿਹਾ ਮੋਟਾ ਜਿਹਾ ਆਪਾਂ ਕੁੱਟ ਲੈਂਦੇ ਹਾਂ। ਗੂੰਦ ਜਿਹੜੀ ਆਪਾਂ ਇੱਦਾਂ ਹੀ ਪਲੇਟ ਦੇ ਵਿੱਚ ਹੀ ਆਪਾਂ ਇਹਨੂੰ ਇੱਦਾਂ ਪੀਸ ਲੈਣਾ ਆ। ਸੌਂਫ, ਅਜਵਾਇਣ, ਮਗਜ਼ ਅਤੇ ਜਿਹੜੇ ਸਾਡੇ ਤੇਲ ਆ ਸਾਰੀਆਂ ਚੀਜ਼ਾਂ ਆਪਾਂ ਇਕੱਠੀਆਂ ਹੀ ਪਾ ਲੈਣੀਆਂ ਆ ਅਤੇ ਮਿਕਸੀ ਦੇ ਵਿੱਚ ਕੁੱਟ ਲਓ ਚਾਹੇ ਤੁਸੀਂ ਅਤੇ ਚਾਹੇ ਇੱਦਾਂ ਇਸ ਤਰੀਕੇ ਦੇ ਨਾਲ ਕੁੱਟ ਲਓ। ਇਹਨਾਂ ਨੂੰ ਆਪਾਂ ਕੁੱਟ ਲੈਣਾ ਆ। ਨਾਲ ਦੀ ਨਾਲ ਆਪਾਂ ਜਿਹੜਾ ਬੇਸਣ ਆ ਇਹਨੂੰ ਵੀ ਇੱਦਾਂ ਹਿਲਾਉਂਦੇ ਰਹਿਣਾ ਆ। ਸੇਕ ਜਿਹੜਾ ਆ ਮੈਂ ਬਹੁਤ ਜ਼ਿਆਦਾ ਤੇਜ਼ ਨਹੀਂ ਰੱਖਿਆ ਹੋਇਆ, ਘੱਟ ਸੇਕ ਦੇ ਉੱਤੇ ਆਪਾਂ ਬੇਸਣ ਭੁੰਨਦੇ ਪਏ ਹਾਂ। ਘਿਓ ਛੱਡ ਦਿੱਤਾ ਹੈ ਉਹਦਾ ਬੇਸਣ ਨੇ ਅਤੇ ਇਸ ਤਰੀਕੇ ਦੇ ਨਾਲ ਇਹਦੇ 'ਚ ਬੁਲਬੁਲੇ ਵੀ ਦੇਖੋ ਨਿਕਲਣੇ ਸ਼ੁਰੂ ਹੋ ਗਏ ਆ ਥੋੜ੍ਹਾ ਜਿਹਾ। ਪਰ ਆਪਾਂ ਹਲੇ ਇਹਨੂੰ ਹੋਰ ਲਾਲ ਕਰਾਂਗੇ ਬੇਸਣ। ਬੇਸਣ ਦੇਖੋ ਜਿਹੜਾ ਸਾਡਾ ਭੁੰਨਿਆ ਗਿਆ ਥੋੜ੍ਹਾ ਜਿਹਾ ਲਾਲ ਬਸ ਕਰਨਾ ਹੈ ਇਹਨੂੰ ਆਪਾਂ ਮਾੜਾ ਜਿਹਾ ਹੋਰ। ਜਦੋਂ ਬਿਲਕੁਲ ਇਹਦੇ 'ਚ ਖੁਸ਼ਬੂ ਜਿਹੜੀ ਆਉਣੀ ਸ਼ੁਰੂ ਹੋ ਜਾਵੇ, ਰੰਗ ਵੀ ਜਿੱਦਾਂ ਇਹਦਾ ਬਦਲ ਜਾਵੇ, ਆਪਾਂ ਥੋੜ੍ਹਾ ਜਿਹਾ ਇਹਨੂੰ ਥੋੜ੍ਹਾ ਹੋਰ ਲਾਲ ਤਾਂ ਕਰਨਾ ਆ ਕਿਉਂਕਿ ਆਪਾਂ ਸੂਜੀ ਪਾਈ ਹੈ ਇਹਦੇ ਵਿੱਚ। ਬੇਸਣ ਜਿਹੜਾ ਆ ਛੇਤੀ ਭੁੰਨਿਆ ਜਾਂਦਾ ਆ ਤਾਂ ਹੀ ਸੂਜੀ ਨੂੰ ਆਪਾਂ ਪਹਿਲਾਂ ਥੋੜ੍ਹਾ ਜਿਹਾ ਪਾਇਆ ਸੀ ਅਤੇ ਇਹਨੂੰ ਲਾਲ ਕਰਨਾ ਆਪਣੇ ਹਿਸਾਬ ਨਾਲ ਵੀ ਤੁਸੀਂ ਕਰ ਸਕਦੇ ਹੋ ਜਾਂ ਇੰਨਾ ਕੁ ਲਾਲ ਵੀ ਇਹਨੂੰ ਰੱਖ ਸਕਦੇ ਹੋ। ਬੇਸਣ ਜਿਹੜਾ ਭੁੰਨ ਕੇ ਤਿਆਰ ਆ ਇਹਨੂੰ ਹੁਣ ਆਪਾਂ ਥੱਲੇ ਤਾਰ ਲੈਣਾ ਆ। ਇਹਨੂੰ ਆਪਾਂ ਥੱਲੇ ਤਾਰ ਕੇ ਇਸ ਤਰੀਕੇ ਦੇ ਨਾਲ ਹਿਲਾਉਂਦੇ ਰਹਿਣਾ ਆ ਕਿਉਂਕਿ ਕੜਾਹੀ ਜਿਹੜੀ ਆ ਗਰਮ ਆ ਅਤੇ ਬੇਸਣ ਜਿਹੜਾ ਆ ਹੋਰ ਨਹੀਂ ਭੁੰਨਿਆ ਜਾਣਾ ਚਾਹੀਦਾ। ਥੋੜ੍ਹਾ ਜਿਹਾ ਆਪਾਂ ਇਹਨੂੰ ਠੰਡਾ ਕਰ ਲੈਣਾ ਹੈ ਫਿਰ ਆਪਾਂ ਇਹਦੇ ਵਿੱਚ ਜਿਹੜਾ ਆ ਬਾਕੀ ਦਾ ਸਮਾਨ ਬਣਾਉਣਾ ਹੈ। ਅਤੇ ਦੇਖੋ ਜਿਹੜੀ ਸ਼ੱਕਰ ਆ ਇਹਦੇ ਵਿੱਚ ਮੈਂ ਸ਼ੱਕਰ ਪਾਉਣ ਲੱਗੀ ਹਾਂ, ਜਿੰਨੀ ਆਪਾਂ ਬੇਸਣ ਲਿਆ ਸੀ ਉੰਨੀ ਸ਼ੱਕਰ ਲਈ ਆ। ਜੇ ਤੁਸੀਂ ਸ਼ੱਕਰ ਪਾਉਣੀ ਚਾਹੋ ਤਾਂ ਸ਼ੱਕਰ ਪਾ ਸਕਦੇ ਹੋ, ਨਹੀਂ ਤਾਂ ਤੁਸੀਂ ਦੇਸੀ ਬੂਰਾ ਖੰਡ ਜਿਹੜੀ ਆ ਉਹ ਵੀ ਲੈ ਸਕਦੇ ਹੋ। ਬੇਸਣ ਹੋ ਗਿਆ ਠੰਡਾ, ਪਹਿਲਾਂ ਜਿਹੜੀ ਆਪਾਂ ਗੂੰਦ ਆ ਉਹ ਪਾ ਦੇਣੀ ਆ। ਪੀਸਿਆ ਹੋਇਆ ਖੋਪਾ ਵੀ ਪਾ ਦਾਂਗੇ, ਸੌਗੀ, ਅਤੇ ਜਿਹੜੀ ਸ਼ੱਕਰ ਆ ਉਹ ਵੀ ਪਾ ਦੇਣੀ ਆਪਾਂ। ਬਹੁਤ ਜ਼ਿਆਦਾ ਨਹੀਂ ਇਹਨੂੰ ਠੰਡਾ ਕਰਨਾ, ਥੋੜ੍ਹਾ ਜਿਹਾ ਜਿੱਦਾਂ ਬਸ ਠੰਡਾ ਹੋ ਜਾਵੇ ਨਾਲ ਹੀ ਸਾਰਾ ਸਮਾਨ ਜਿਹੜਾ ਆ ਮਿਲਾ ਦੇਣਾ ਆ। ਇਹਨੂੰ ਆਪਾਂ ਇੱਕ ਪਲੇਟ ਵਿੱਚ ਕੱਢ ਲੈਣਾ। ਬੇਸਣ ਦੀ ਪੰਜੀਰੀ ਆਪਣੀ ਬਣ ਕੇ ਤਿਆਰ ਆ, ਬਹੁਤ ਵਧੀਆ ਬਣ ਕੇ ਤਿਆਰ ਹੋਈ ਆ।
ਬਸ ਜਿੱਦਾਂ ਇਹਦਾ ਨਾਪ ਜਿਹੜਾ ਹੈ ਮੈਂ ਤੁਹਾਨੂੰ ਦੱਸ ਦਿੱਤਾ ਆ, ਬਾਕੀ ਅੱਧਾ ਕਿਲੋ ਦੇ ਹਿਸਾਬ ਨਾਲ ਤੁਸੀਂ ਕਿੰਨੀ ਕਿੰਨੀ ਚੀਜ਼ ਜਿਹੜੀ ਲੈਣੀ ਆ, ਅਤੇ ਬਾਕੀ ਉਹ ਜਿੰਨਾ ਤੁਸੀਂ ਉਹਦੇ 'ਚ ਜਾ ਕੇ ਜਦੋਂ ਵੀਡੀਓ ਦੇਖਣੀ ਡਿਸਕ੍ਰਿਪਸ਼ਨ ਬੋਕਸ 'ਚ ਵੀ ਦੇਖ ਸਕਦੇ ਹੋ। ਅਤੇ ਇਸੇ ਤਰੀਕੇ ਦੇ ਨਾਲ ਬਣਾ ਕੇ ਖਾਇਓ। ਵੀਡੀਓ ਪਸੰਦ ਆਈ ਵੀਡੀਓ ਨੂੰ ਲਾਈਕ ਕਰਿਓ, ਸ਼ੇਅਰ ਕਰਿਓ, ਕਮੈਂਟ ਜ਼ਰੂਰ ਕਰਕੇ ਦੱਸਿਓ ਵੀਡੀਓ ਕਿਵੇਂ ਦੀ ਲੱਗੀ। ਚੈਨਲ 'ਤੇ ਪਹਿਲੀ ਵਾਰੀ ਆ ਕੇ ਵੀਡੀਓ ਦੇਖਦੇ ਪਏ ਹੋ, ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ, ਘੰਟੀ ਦਾ ਬਟਨ ਦਬਾ ਲਿਓ ਨਾਲ ਅਗਲੀ ਵੀਡੀਓ ਦੇਖਣ ਦੇ ਲਈ। ਚੈਨਲ ਨਾਲ ਜੁੜੋ, ਚੈਨਲ ਨੂੰ ਸਪੋਰਟ ਕਰੋ। ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ।